ਸਕੈਨਿਸ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਮੀਨਾਕਸ਼ੀ ਧਾਰੀਵਾਲ। ਪੰਜਾਬ ਦੇ ਵਿੱਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਤੋਂ ਕੋਈ ਰਾਹਤ ਨਹੀਂ ਮਿਲੇਗੀ। ਇਹ ਵੀ ਦੱਸਿਆ ਜਾ ਰਿਹਾ ਕਿ ਸੂਬੇ ਦੇ ਵਿੱਚ 2 ਦਿਨ ਦਾ ਔਰੇਂਜ ਅਲਰਟ ਜਿਹੜਾ ਮੌਸਮ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਤੇ ਦੂਜੇ ਪਾਸੇ ਜੇਕਰ ਗੱਲ ਧੂਰੀ ਦੀ ਕੀਤੀ ਜਾਵੇ ਤਾਂ ਧੂਰੀ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਨੇ ਕੜਾਕੇ ਦੀ ਠੰਡ ਤੋਂ ਕਾਫੀ ਪਰੇਸ਼ਾਨ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਕੜਾਕੇ ਦੀ ਠੰਡ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇ ਹੁਣ ਗੱਲ ਕਰਦੇ ਹਾਂ ਗੁਰਦਾਸਪੁਰ ਦੀ। ਗੁਰਦਾਸਪੁਰ ਦੇ ਵਿੱਚ ਸਾਡੇ ਪੱਤਰਕਾਰ ਜਤਿੰਦਰ ਸੋਢੀ ਦੇ ਵੱਲੋਂ ਜਦੋਂ ਲੋਕਾਂ ਦੇ ਨਾਲ ਠੰਡ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕੜਾਕੇ ਦੀ ਠੰਡ ਪੈ ਰਹੀ ਹੈ ਜਿਸ ਕਾਰਨ ਉਹਨਾਂ ਦੇ ਕੰਮਕਾਰ ਜਿਹੜੇ ਨੇ ਉਹ ਵੀ ਠੱਪ ਹੋ ਚੁੱਕੇ ਨੇ। ਬਿਲਕੁਲ ਜੀ, ਸਾਰੇ ਰੀਜਨ ਵਿੱਚ ਹੀ ਬੜੀਆਂ ਕੋਲਡ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ। ਸਪੈਸ਼ਲੀ ਕੋਲਡ ਡੇਜ਼ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਰਿਕਾਰਡ ਕਰ ਰਹੇ ਹਾਂ, ਜਦੋਂ ਕਿ ਮਿਨੀਮਮ ਟੈਂਪਰੇਚਰ ਪਿਛਲੇ ਦਿਨਾਂ ਵਿੱਚ ਨੋਰਮਲ ਤੋਂ ਉੱਪਰ ਜਾਂ ਆਲਮੋਸਟ ਨੋਰਮਲ ਚੱਲ ਰਿਹਾ ਸੀਗਾ। ਬਟ ਹੁਣ ਕਿਉਂਕਿ ਮਿਨੀਮਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਆਈ ਹੈਗੀ ਹੈ, ਸੋ ਉਹਦੇ ਕਰਕੇ ਜਿਹੜੀਆਂ ਕੋਲਡ ਕੰਡੀਸ਼ਨਸ ਹਲੇ ਬਣੇ ਰਹਿਣ ਦੀ ਪ੍ਰਿਡਿਕਸ਼ਨ ਹੈ। ਜੇ ਅਸੀਂ ਕੱਲ੍ਹ ਦਾ ਡੇ ਟਾਈਮ ਟੈਂਪਰੇਚਰ ਦੇਖੀਏ ਤਾਂ ਇਹ 10.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਡੇ ਟਾਈਮ ਟੈਂਪਰੇਚਰ 18 ਡਿਗਰੀ ਸੈਂਟੀਗ੍ਰੇਡ ਸੀ, ਸੋ ਲਗਭਗ 7.2 ਡਿਗਰੀ ਸੈਂਟੀਗ੍ਰੇਡ ਇਹ ਨੋਰਮਲ ਤੋਂ ਨੀਚੇ ਸੀ। ਸੋ ਡੇ ਟਾਈਮ ਟੈਂਪਰੇਚਰ ਇੰਨਾ ਘੱਟ ਹੋਣ ਕਰਕੇ ਜਿਹੜੀਆਂ ਕੋਲਡ ਡੇ ਕੰਡੀਸ਼ਨਸ ਅਸੀਂ ਓਬਜ਼ਰਵ ਕਰ ਰਹੇ ਹਾਂ, ਔਰ ਇਹ 10.8 ਡਿਗਰੀ ਸੈਂਟੀਗ੍ਰੇਡ 1970 ਤੋਂ ਲੈ ਕੇ ਹੁਣ ਤੱਕ ਦਾ 14 ਜਨਵਰੀ ਦਾ ਜਿਹੜਾ ਸੈਕਿੰਡ ਲੋਐਸਟ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ, ਜਦੋਂ ਕਿ ਪਹਿਲਾਂ 2003 ਦੇ ਵਿੱਚ ਲੋਐਸਟ 10.2 ਡਿਗਰੀ ਸੈਂਟੀਗ੍ਰੇਡ ਸੀ। ਸੋ ਸੈਕਿੰਡ ਲੋਐਸਟ ਕੱਲ੍ਹ 10.8 ਡਿਗਰੀ ਸੈਂਟੀਗ੍ਰੇਡ ਓਬਜ਼ਰਵ ਕੀਤਾ ਗਿਆ। ਇਸੇ ਤਰ੍ਹਾਂ ਜੇ ਅਸੀਂ ਅੱਜ ਦਾ ਮਿਨੀਮਮ ਟੈਂਪਰੇਚਰ ਦੇਖੀਏ ਤਾਂ ਅੱਜ 2.8 ਡਿਗਰੀ ਸੈਂਟੀਗ੍ਰੇਡ ਜਿਹੜਾ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 6 ਡਿਗਰੀ ਸੈਂਟੀਗ੍ਰੇਡ ਹੈ, ਸੋ ਵੀ ਲਗਭਗ 3.2 ਡਿਗਰੀ ਸੈਂਟੀਗ੍ਰੇਡ ਨੋਰਮਲ ਤੋਂ ਨੀਚੇ ਹੈ। ਸੋ ਕਿਉਂਕਿ ਦੋਨੋਂ ਡੇ ਐਂਡ ਨਾਈਟ ਟਾਈਮ ਟੈਂਪਰੇਚਰ ਨੋਰਮਲ ਤੋਂ ਕਾਫੀ ਨੀਚੇ ਚੱਲ ਰਹੇ ਨੇ, ਸੋ ਇਹਦੇ ਕਰਕੇ ਕਾਫੀ ਸਵੀਅਰ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ, ਔਰ ਆਉਣ ਵਾਲੇ ਜਿਹੜੇ 3-4 ਦਿਨ ਨੇ ਉਹਨਾਂ ਦੇ ਵਿੱਚ ਵੀ ਡੈਂਸ ਟੂ ਵੈਰੀ ਡੈਂਸ ਫੋਗ ਔਰ ਕੋਲਡ ਵੇਵ ਕੰਡੀਸ਼ਨ ਇਸੇ ਤਰ੍ਹਾਂ ਰਹਿਣ ਦੀ ਪ੍ਰਿਡਿਕਸ਼ਨ ਹੈ। ਔਰ ਇਹਦੇ ਵਾਸਤੇ IMD ਵੱਲੋਂ ਅੱਜ ਰੈੱਡ ਅਲਰਟ ਔਰ ਅਗਲੇ 2 ਦਿਨ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੈਮ, ਜਿੱਦਾਂ ਕਿ ਅਕਸਰ ਹੀ ਦੇਖਣ ਨੂੰ ਮਿਲਦਾ ਕਿ ਜਦੋਂ ਕਹਿੰਦੇ ਨੇ ਕਿ ਮਾਘੀ ਦੀ ਸੰਗਰਾਂਦ ਆਉਂਦੀ ਹੈ ਜਾਂ ਮਤਲਬ ਲੋਹੜੀ ਦਾ ਤਿਉਹਾਰ ਆਉਂਦਾ ਤਾਂ ਉਸ ਤੋਂ ਬਾਅਦ ਮੌਸਮ ਥੋੜ੍ਹਾ ਸਾਫ਼ ਹੋ ਜਾਂਦਾ, ਧੁੱਪ ਖਿੜਨੀ ਸ਼ੁਰੂ ਹੋ ਜਾਂਦੀ ਹੈ, ਸੋ ਜਿੱਦਾਂ 1-2 ਦਿਨ ਤੋਂ ਧੁੱਪ ਨਿਕਲ ਵੀ ਰਹੀ ਹੈ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਹੈਗੀ ਕਿ ਲੋਕਾਂ ਨੂੰ ਜਿੱਦਾਂ ਧੁੱਪ ਥੋੜ੍ਹੀ ਦੇਖਣ ਨੂੰ ਮਿਲੂਗੀ ਦੁਪਹਿਰ ਤੋਂ ਬਾਅਦ ਜਾਂ ਦੁਪਹਿਰ ਵੇਲੇ? ਜੀ, ਜਿਵੇਂ ਅਸੀਂ ਕੱਲ੍ਹ ਵੀ ਦੇਖਿਆ, ਪਰਸੋਂ ਵੀ ਦੇਖਿਆ ਕਿ ਮਿਡ ਡੇ ਦੇ ਡਿਊਰਿੰਗ ਥੋੜ੍ਹੀ ਬਹੁਤੀ ਧੁੱਪ ਆਈ ਹੈ, ਸੋ ਅਸੀਂ ਐਕਸਪੈਕਟ ਕਰਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਕੰਡੀਸ਼ਨਸ ਰਹਿਣਗੀਆਂ। ਬਟ ਡੈਂਸ ਟੂ ਵੈਰੀ ਡੈਂਸ ਫੋਗ ਔਰ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਨੇ ਉਹ ਵੀ ਜਿਹੜੇ ਆਉਣ ਵਾਲੇ 3-4 ਦਿਨ ਉਹ ਬਣੇ ਰਹਿਣ ਦੀ ਹੀ ਸੰਭਾਵਨਾ ਹੈ। ਕਹਿ ਸਕਦੇ ਆ ਵੀ ਠੰਡ ਜਿਹੜੀ ਆ ਹੋਰ ਆਉਣ ਵਾਲੇ ਦਿਨਾਂ 'ਚ ਹੋਰ ਵਧੇਗੀ ਜਾਂ ਹੋਰ ਸਾਹਮਣਾ ਲੋਕਾਂ ਨੂੰ ਕਰਨਾ ਪਏਗਾ? ਜੀ, ਆਉਣ ਵਾਲੇ 3-4 ਦਿਨ ਤਾਂ ਹਲੇ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਹੀ ਪ੍ਰਿਡਿਕਸ਼ਨ ਹੈ, ਸੋ ਹਲੇ 3-4 ਦਿਨ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਰਹਿਣਗੀਆਂ। ਬਾਰਿਸ਼ ਦੀ ਤਾਂ ਕੋਈ ਸੰਭਾਵਨਾ ਨਹੀਂ? ਨਹੀਂ ਜੀ, ਆਉਣ ਵਾਲੇ ਦਿਨਾਂ ਵਿੱਚ ਹਲੇ ਬਾਰਿਸ਼ ਦੀ ਕੋਈ ਪ੍ਰਿਡਿਕਸ਼ਨ ਨਹੀਂ ਹੈ, ਕੋਲਡ ਵੇਵ ਔਰ ਡੈਂਸ ਫੋਗ ਦੀ ਹੀ ਪ੍ਰਿਡਿਕਸ਼ਨ ਹੈ। ਠੰਡ ਕਿਸ ਤਰ੍ਹਾਂ ਲੱਗ ਰਹੀ ਹੈ? ਕਿੰਨੀ ਠੰਡ? ਬਹੁਤ ਜ਼ਿਆਦਾ ਜੀ, ਸੰਦ ਸਾਰੇ ਪਏ ਨੇ ਜੀ, ਕੰਮ ਕਾਰ ਨੂੰ ਜੀ ਨਹੀਂ ਕਰਦਾ ਜੀ, ਕੰਮ ਕਾਰ ਹੈ ਨਹੀਂ ਜੀ, ਇੰਨੀ ਠੰਡ ਪੈ ਰਹੀ ਹੈ ਜੀ। ਠੰਡ ਕਾਰਨ ਕੰਮ ਘਟਿਆ? ਬਹੁਤ ਜ਼ਿਆਦਾ ਘਟ ਗਿਆ ਜੀ। ਕਿਸ ਤਰ੍ਹਾਂ ਚੱਲ ਰਿਹਾ ਠੰਡ? ਲਗਾਤਾਰ ਜ਼ਿਆਦਾ ਵੱਧਦੀ ਜਾ ਰਹੀ ਹੈ, ਠੰਡ ਬਾਰੇ ਕਹਿਣਾ ਚਾਹੋਗੇ? ਠੰਡ ਤਾਂ ਬਸ ਇਹੀ ਹੈ ਜੀ, ਠੰਡ 'ਚ ਮੈਂ ਲਾ ਲਾ ਵੀ ਲੇਬਰ ਨਹੀਂ ਮਿਲਦੀ, ਦੋ ਕੰਮ ਕਰਨਾ ਠੀਕ ਹੈ, ਕੋਠੇ 'ਚ ਕੰਮ ਚੱਲਦੇ ਨੇ ਹੁਣ ਠੀਕ ਹੈ, ਉਹਦੇ ਕਰਕੇ ਲੇਬਰ ਦੀ ਦਿੱਕਤ ਪੈਂਦੀ ਹੈ, ਠੰਡ ਕਰਕੇ ਦੂਰੋਂ ਲੇਬਰ ਆਉਂਦੀ ਨਹੀਂ ਠੀਕ ਹੈ, ਉਹਦੇ ਕਰਕੇ ਕੰਮ ਤਾਂ ਬਹੁਤ ਮੰਦਾ ਹੋਇਆ ਪਿਆ ਜੀ। ਉਹ ਤਾਂ ਬਹੁਤ ਜ਼ਿਆਦਾ, ਉਹ ਤਾਂ ਲੇਬਰ ਮਿਲਦੀ ਨਹੀਂ ਤਾਂ ਹੀ ਤੁਹਾਨੂੰ ਕਹਿ ਤਾਂ ਰਿਹਾ ਜੀ, ਲੇਬਰ ਆ ਨਹੀਂ ਰਹੀ, ਚਿੜੀਆਂ ਦਾ ਕੰਮ ਹੋ ਨਹੀਂ ਰਿਹਾ ਠੀਕ ਹੈ, ਜਿਹਨਾਂ ਦੇ ਤਾਰਾਂ ਤੂਰਾਂ ਪਾਉਣੇ ਉਹਨੂੰ ਹਜੇ ਪਵਾ ਨਹੀਂ ਰਹੇ, ਉਹ ਵੀ ਕਹਿੰਦੇ ਨੇ ਠੰਡ ਆ ਵੀ, ਠੰਡ ਤੋਂ ਬਾਅਦ ਦੇਖਾਂਗੇ ਜੀ, ਇਹਦੇ ਕਰਕੇ ਬਹੁਤ ਕੰਮ ਕਰਦਾ ਮੰਦਾ ਹੋਇਆ ਪਿਆ ਜੀ।
ਪਰਚੂਨ ਦੀ ਦੁਕਾਨ ਵੀ ਕਰਦੇ ਹੋ, ਉਹਦੇ ਬਾਰੇ ਕਹਿਣਾ ਚਾਹੋਗੇ? ਬਸ ਉਹਦਾ ਤਾਂ ਜੀ ਰਾਮਾ ਟੱਲਾ ਚੱਲੀ ਜਾਂਦਾ ਹੁੰਦਾ ਜੀ, ਉਹ ਤਾਂ ਗਾ ਗਿਆ, ਠੀਕ ਹੈ, ਸੌਦਾ ਲੈ ਗਿਆ ਜੀ, ਕੰਮਕਾਰ ਠੱਪ ਪਏ ਹੁੰਦੇ ਨੇ। ਠੰਡ ਕਿੰਨੀ ਪੈ ਰਹੀ ਹੈ ਪਿਛਲੀ ਵਾਰ ਨੂੰ, ਇਸ ਵਾਰ ਕਿੰਨੀ ਠੰਡ, ਜ਼ਿਆਦਾ ਠੰਡ ਪੈ ਰਹੀ ਹੈ? ਇਸ ਵਾਰੀ ਬਹੁਤ ਜ਼ਿਆਦਾ ਠੰਡ ਆ ਜੀ, ਧੁੰਦ ਕਰਕੇ ਬਹੁਤ ਦਿੱਕਤ ਹੋ ਜਾਂਦੀ ਹੈ, ਠੀਕ ਆ, ਜਿਹੜੀ ਦੂਰੋਂ ਲੇਬਰ ਆਉਂਦੀਆਂ ਆਉਂਦੀਆਂ ਉਹਨਾਂ ਵੀ ਔਖਾ ਹੋ ਜਾਂਦਾ, ਠੀਕ ਆ, ਆਪ ਨੂੰ ਜਾਣਾ ਪੈਂਦਾ ਵਾ ਮਾਰਕੀਟ ਕੰਮ ਕਰਨ, ਠੰਡ 'ਚ ਧੁੰਦ 'ਚ ਉਹ ਵੀ ਨਹੀਂ ਜਾਇਆ ਜਾਂਦਾ ਜੀ, ਦੂਰ ਕਰਕੇ ਠੰਡ ਇਸ ਵਾਰੀ ਬਹੁਤ ਜ਼ਿਆਦਾ ਪੈ ਰਹੀ ਹੈ। ਕੰਮਾਂ ਕਾਰਾਂ 'ਚ ਵੀ ਨੁਕਸਾਨ ਬਹੁਤ ਹੋ ਰਿਹਾ, ਜਿਹੜੇ ਸਾਡੇ ਕੰਮ ਕਰਾਂ ਦੇ ਸੀ ਉਹ ਵੀ ਬੰਦ ਕਰਾ ਦੇ ਲੋਕਾਂ ਨੇ ਘਰਾਂ ਦੇ ਵਿੱਚੋਂ, ਕਿਉਂਕਿ ਠੰਡ ਦੇ ਕਾਰਨ ਜਿਹੜੇ ਕੰਮਕਾਰ ਮਿਸਤਰੀ ਵੀ ਨਹੀਂ ਪਹੁੰਚ ਪਾਉਂਦੇ, ਕਿਉਂਕਿ ਦੂਰਾਂ ਪਿੰਡ ਲੱਗ ਲਗਾਏ ਪਿੰਡਾਂ ਤੋਂ ਆਉਂਦੇ ਨੇ, ਉਹਨਾਂ ਦਾ ਕਾਰਨ ਇਹੀ ਹੈ ਕਿ ਠੰਡ ਵੱਧ ਰਹੀ ਹੈ, ਇਹਦੇ ਲਈ ਬਿਮਾਰ ਵੀ ਕਈ ਮਿਸਤਰੀ ਹੋ ਰਹੇ ਨੇ। ਇਸ ਠੰਡ ਦੇ ਕਾਰਨ ਸਾਡਾ ਕੰਮਕਾਰ ਬਿਲਕੁਲ, ਰੁਜ਼ਗਾਰ ਸਾਡਾ ਬੰਦ ਹੋ ਗਿਆ। ਅਸੀਂ ਅੱਜ ਤੱਕ ਅੱਜ 15 ਦਿਨ ਹੋ ਗਏ ਘਰ ਵਿਹਲੇ ਬੈਠੇ ਹਾਂ, ਨਾ ਕੋਈ ਕੰਮ ਹੈਗਾ ਨਾ ਕਰ ਸਕਦੇ ਹਾਂ ਕੋਈ, ਇਸ ਲਈ ਚਾਹੁੰਦੇ ਹਾਂ ਕਿ ਕੋਈ ਇਹੋ ਜਿਹਾ ਕੋਈ ਕੰਮ ਹੋਵੇ ਜਿਹੜਾ ਅਸੀਂ ਘਰ ਬੈਠੇ ਵੀ ਕਰ ਸਕੀਏ, ਪ੍ਰਾਈਵੇਟ ਬੰਦਾ ਮਿਸਤਰੀ। ਧੁੰਦ ਬਹੁਤ ਪੈ ਰਹੀ ਹੈ ਵੀਰੇ, ਧੁੰਦ ਸਰ ਐਂ ਪੈ ਰਹੀ ਹੈ ਕਿ ਧੁੰਦ ਜਦੋਂ ਘਰ ਤੋਂ ਬਾਹਰ ਨਿਕਲਿਆ ਤਾਂ ਦਿਖਦਾ ਵੀ ਕੁਛ ਨਹੀਂ, ਐਕਸੀਡੈਂਟ ਦਾ ਕਾਰਨ ਅੱਜ ਕੱਲ੍ਹ ਧੁੰਦ ਦਾ ਹੀ ਕਾਰਨ ਬਣ ਰਿਹਾ, ਜਿਸ ਕਾਰਨ ਲੇਬਰ ਨਹੀਂ ਆਉਂਦੀ, ਇਸ ਕਾਰਨ ਲੇਬਰ ਵੀ ਨਹੀਂ ਆਉਂਦੀ, ਲੇਬਰ ਬਿਮਾਰ ਪਈ ਹੈ ਅਤੇ ਕੰਮਕਾਰ ਹੈ ਨਹੀਂ, ਜਿਹੜੇ ਕੋਠੇ ਦਾ ਕੰਮ ਚੱਲਦੇ ਸੀ ਉਹ ਵੀ ਬੰਦ ਕਰਵਾ ਦੇ ਲੋਕ ਜੀ। ਦੇਖੋ ਬਾਜ਼ਾਰਾਂ ਦੇ ਵਿੱਚ ਜਿਹੜੀ ਰੌਣਕ ਹੁੰਦੀ ਸੀਗੀ, ਕਿਉਂਕਿ ਸੂਰਜ ਵੀ ਨਹੀਂ ਕਈ ਦਿਨਾਂ ਤੋਂ ਨਿਕਲ ਰਿਹਾ, ਜਿਸ ਕਾਰਨ ਠੰਡ ਵੀ ਬਹੁਤ ਜ਼ਿਆਦਾ ਹੈਗਾ ਅਤੇ ਲੋਕ ਆਪਣੇ ਘਰਾਂ ਦੇ ਵਿੱਚ ਬਹੁਤ ਘੱਟ ਨਿਕਲ ਰਹੇ ਨੇ। ਠੰਡ ਜਿਹੜੀ ਹੈ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਪੈ ਰਹੀ ਹੈ। ਬੱਚਿਆਂ ਨੂੰ ਵੀ ਸਕੂਲਾਂ ਦੇ ਵਿੱਚ ਛੁੱਟੀ ਕਰਤੀ ਤਾਂ ਜ਼ਰੂਰੀ ਵੀ ਸੀਗਾ, ਅਤੇ ਜੇਕਰ ਕੰਮਕਾਰ ਦੀ ਗੱਲ ਕਰੀਏ ਤਾਂ ਕੰਮਕਾਰ ਤਾਂ ਠੱਪ ਹੈਗੇ ਨੇ, ਘੱਟ ਵੀ ਨੇ, ਅਤੇ ਲੋਕ ਵੀ ਜਿਹੜੇ ਨੇ ਘਰਾਂ ਤੋਂ ਘੱਟ ਬਾਹਰ ਨਿਕਲ ਰਹੇ ਨੇ। ਜ਼ਿਆਦਾ ਜ਼ਰੂਰੀ ਹੁੰਦਾ ਗਾ ਤਾਂ ਹੀ ਘਰਾਂ ਤੋਂ ਬਾਹਰ ਨਿਕਲਦੇ ਨੇ। ਬਾਕੀ ਬਾਜ਼ਾਰ ਤੁਸੀਂ ਦੇਖ ਸਕਦੇ ਹੋ ਕਿ ਜ਼ਿਆਦਾਤਰ ਦਿਨ ਦੇ ਵਿੱਚ ਠੰਡੇ ਮੌਸਮ ਕਰਕੇ ਸੁੰਨੇ ਪਏ ਰਹਿੰਦੇ ਨੇ ਅਤੇ ਦਿਨ ਵੀ ਜਲਦੀ ਛਿਪ ਜਾਂਦਾ ਜੀ। ਹੁਣ ਦੁਕਾਨਦਾਰ ਨੇ ਜੀ ਮਾਰਕੀਟ ਦੇ ਵਿੱਚ ਜਦੋਂ ਕੰਮ ਨਹੀਂ ਹੈਗਾ ਤਾਂ ਜੇ ਠੰਡ ਤੋਂ ਬਚਾਅ ਕਰਨਾ ਹੈਗਾ ਤਾਂ ਉਹ ਧੂਣੀ ਲਾ ਕੇ ਆਪਣੇ ਆਪ ਨੂੰ ਸੇਕ ਰਹੇ ਨੇ, ਇੱਕ ਹੋਰ ਕਰਨ ਵੀ ਕੀ, ਜ਼ਰੂਰ ਠੰਡ ਜੋ ਬਹੁਤ ਜ਼ਿਆਦਾ ਪੈ ਰਹੀ ਹੈ ਜੀ। ਕੀ ਨਾਮ ਵੀਰ ਜੀ ਆਪਣਾ? ਕੀਰਤੀ ਜੀ। ਕੀਰਤੀ ਜੀ, ਕਿਸ ਤਰ੍ਹਾਂ ਦੇਖ ਰਹੇ ਹੋ ਠੰਡ ਲਗਾਤਾਰ ਪੈ ਰਹੀ ਹੈ, ਲੋਕਾਂ ਦੇ ਕੰਮਾਂ ਕਰਾਂ ਦੇ ਬਿਜ਼ਨਸ ਦੇ ਕਿੰਨਾ ਫਰਕ ਪੈ ਰਿਹਾ? ਜੀ ਦੇਖੋ ਬਾਜ਼ਾਰਾਂ ਦੇ ਵਿੱਚ ਜਿਹੜੀ ਰੌਣਕ ਹੁੰਦੀ ਸੀਗੀ, ਕਿਉਂਕਿ ਸੂਰਜ ਵੀ ਨਹੀਂ ਕਈ ਦਿਨਾਂ ਤੋਂ ਨਿਕਲ ਰਿਹਾ, ਜਿਸ ਕਾਰਨ ਠੰਡ ਵੀ ਬਹੁਤ ਜ਼ਿਆਦਾ ਹੈਗਾ ਅਤੇ ਲੋਕ ਆਪਣੇ ਘਰਾਂ ਦੇ ਵਿੱਚ ਬਹੁਤ ਘੱਟ ਨਿਕਲ ਰਹੇ ਨੇ। ਠੰਡ ਜਿਹੜੀ ਹੈ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਪੈ ਰਹੀ ਹੈ। ਬੱਚਿਆਂ ਨੂੰ ਵੀ ਸਕੂਲਾਂ ਦੇ ਵਿੱਚ ਛੁੱਟੀ ਕਰਤੀ ਤਾਂ ਜ਼ਰੂਰੀ ਵੀ ਸੀਗਾ, ਅਤੇ ਜੇਕਰ ਕੰਮਕਾਰ ਦੀ ਗੱਲ ਕਰੀਏ ਤਾਂ ਕੰਮਕਾਰ ਤਾਂ ਠੱਪ ਹੈਗੇ ਨੇ, ਘੱਟ ਵੀ ਨੇ, ਅਤੇ ਲੋਕ ਵੀ ਜਿਹੜੇ ਨੇ ਘਰਾਂ ਤੋਂ ਘੱਟ ਬਾਹਰ ਨਿਕਲ ਰਹੇ ਨੇ। ਜ਼ਿਆਦਾ ਜ਼ਰੂਰੀ ਹੁੰਦਾ ਗਾ ਤਾਂ ਹੀ ਘਰਾਂ ਤੋਂ ਬਾਹਰ ਨਿਕਲਦੇ ਨੇ। ਬਾਕੀ ਬਾਜ਼ਾਰ ਤੁਸੀਂ ਦੇਖ ਸਕਦੇ ਹੋ ਕਿ ਜ਼ਿਆਦਾਤਰ ਦਿਨ ਦੇ ਵਿੱਚ ਠੰਡੇ ਮੌਸਮ ਕਰਕੇ ਸੁੰਨੇ ਪਏ ਰਹਿੰਦੇ ਨੇ ਅਤੇ ਦਿਨ ਵੀ ਜਲਦੀ ਛਿਪ ਜਾਂਦਾ ਜੀ। ਸਕਾਈ ਨਿਊਜ਼ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ, ਮੈਂ ਹਾਂ ਜਤਿੰਦਰ ਸੋਢੀ। ਜੇ ਗੱਲ ਕਰ ਲਈਏ ਤਾਂ ਤਾਪਮਾਨ ਬਹੁਤ ਨੀਚੇ ਚੱਲ ਰਿਹਾ, ਤਾਂ ਸਰਦੀ ਬਹੁਤ ਜ਼ਿਆਦਾ, ਕੜਾਕੇ ਦੀ ਠੰਡ ਪੈ ਰਹੀ ਆ। ਜਾਂ ਜ਼ਿਲ੍ਹਾ ਗੁਰਦਾਸਪੁਰ ਦੇ ਬੇਟ ਖੇਤਰ ਦੀ ਗੱਲ ਕਰ ਲਈਏ ਤਾਂ ਇੱਥੇ ਨਜ਼ਦੀਕੀ ਦਰਿਆ ਹੋਣ ਕਾਰਨ ਸੰਘਣੀ ਧੁੰਦ ਵੀ ਪੈ ਰਹੀ ਹੈ, ਲੋਕਾਂ ਨੂੰ ਕਾਫੀ ਦਿੱਕਤਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਈ ਤਰ੍ਹਾਂ ਦੀਆਂ, ਕਿਉਂਕਿ ਘਰੋਂ ਨਿਕਲਣਾ ਵੇਲੇ ਵੀ ਬੰਦਾ 100 ਵਾਰ ਸੋਚਦਾ ਨਿਕਲੀਏ ਜਾਂ ਨਾ ਨਿਕਲੀਏ, ਸਰਦੀ ਬਹੁਤ ਜ਼ਿਆਦਾ। ਦੁਕਾਨਦਾਰ ਵੀ ਆ ਜਿਹੜੇ ਘਰੋਂ ਨਿਕਲਦੇ ਨੇ ਤਾਂ ਕਾਫੀ ਲੇਟ ਦੁਕਾਨਾਂ ਖੁੱਲ੍ਹ ਰਹੀਆਂ, ਤਾਂ ਦੂਜੇ ਪਾਸੇ ਅੱਗ ਸੇਕਣ ਦੇ ਵਿੱਚ ਵੀ ਲੱਗੇ ਹੋਏ ਨੇ, ਕਿਉਂਕਿ ਅੱਜ ਬਹੁਤ ਜ਼ਿਆਦਾ ਜਿਹੜੀ ਕੜਾਕੇ ਦੀ ਠੰਡ ਪੈ ਰਹੀ ਆ। ਦੁਕਾਨਦਾਰ ਸਾਡੇ ਨਾਲ ਨੇ, ਗੱਲਬਾਤ ਆ ਜਿਹੜੀ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਪੁਰਸ਼ੋਤਮ ਸਿੰਘ। ਪੁਰਸ਼ੋਤਮ ਸਿੰਘ ਜੀ, ਕਿਵੇਂ ਦੇਖਦੇ ਹੋ ਅੱਜ ਕੜਾਕੇ ਦੀ ਠੰਡ ਪੈ ਰਹੀ ਆ, ਕੀ ਹਾਲਾਤ ਨੇ? ਠੰਡ ਭਾਜੀ ਬੜੀ ਆ, ਘਰੋਂ ਨਿਕਲਣਾ ਬੜਾ ਮੁਸ਼ਕਲ ਹੋਇਆ ਜੀ। ਇੰਨੀ ਠੰਡ ਹੈ ਕਿ ਤਾਂ ਦੁਕਾਨ 'ਤੇ ਗਾਹਕ ਵੀ ਨਹੀਂ ਆਉਂਦਾ ਕੋਈ ਜੀ, ਅਤੇ ਇੱਥੇ ਬੈਠੇ ਆ ਕੇ ਦੇਖਣ ਡਿਆ ਅਤੇ ਟਾਈਮ ਪਾ ਕਰਦੇ ਆਪਣਾ। ਦੇਖਿਆ ਜਾਂਦਾ ਸੀ ਅੱਗੇ ਮਾਰਕੀਟ ਜਿੱਦਾਂ ਸਮੇਂ ਸਿਰ ਓਪਨ ਹੋ ਜਾਂਦੀ, ਹੁਣ ਲੱਗਦਾ ਕਿ ਲੇਟ ਖੁੱਲ੍ਹ ਰਹੀਆਂ ਦੁਕਾਨਾਂ? ਮਾਰਕੀਟਾਂ ਲੇਟ ਖੁੱਲ੍ਹਦੀਆਂ ਜੀ, ਮਾਰਕੀਟ 10:30 ਤੋਂ ਪਹਿਲਾਂ ਖੁੱਲ੍ਹਦੀ ਨਹੀਂ। ਗ੍ਰਾਹਕ ਦਾ ਹੀ ਫਰਕ ਪਿਆ? ਗ੍ਰਾਹਕ ਦਾ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ।
ਗਾਹ ਘਰੋਂ ਨਿਕਲਦਾ ਹੀ ਨਹੀਂ ਜੀ। ਦੇਖਿਆ ਜਾ ਰਿਹਾ ਕਿ ਦੁਕਾਨਦਾਰ ਜ਼ਿਆਦਾਤਰ ਅੱਗ ਸੇਕਦੇ ਨਜ਼ਰ ਹੀ ਆਉਂਦੇ ਆ। ਦੁਕਾਨਦਾਰ ਕੀ ਕਰਨਾ ਫਿਰ, ਠੰਡ ਦੇ ਵਿੱਚ ਅੱਗ ਹੀ ਸੇਕਣੀ ਇਹਨਾਂ ਨੇ, ਟਾਈਮ ਤਾਂ ਪਾਸ ਹੁੰਦਾ ਨਹੀਂ, ਫਿਰ ਅੱਗ ਲਾ ਕੇ ਬਹਿ ਜਾਂਦੇ ਵਿਚਾਰੇ। ਪੇਟ ਖੇਤਰ ਹੋਣ ਕਾਰਨ ਧੁੰਦ ਵੀ ਕਾਫੀ ਇੱਧਰ ਅਤੇ ਠੰਡ ਵੀ ਜ਼ਿਆਦਾ ਪੈ ਰਹੀ ਆ, ਕਿਵੇਂ ਦੇਖਦੇ ਹੋ? ਧੁੰਦ ਤਾਂ ਬਹੁਤ ਜ਼ਿਆਦਾ, ਕਿਉਂਕਿ ਸਾਡੇ ਲਾਗੇ ਦਰਿਆ ਪੈਂਦਾ ਅਤੇ ਧੁੰਦ ਤਾਂ ਬਹੁਤ ਜ਼ਿਆਦਾ, ਅਤੇ ਸਵੇਰੇ ਸ਼ਾਮ ਦੀ ਠੰਡ ਬੜੀ ਹੈ। ਸੂਰਜ ਦੇਖਣ ਨੂੰ ਕਿੰਨੇ ਕੁ ਦਿਨ ਹੋ ਗਏ? ਸੂਰਜ ਦੇਖਣ ਨੂੰ ਅੱਜ ਮੇਰੇ ਖਿਆਲ 10-12 ਦਿਨ ਹੀ ਹੋ ਗਏ ਆ। ਅੱਗੇ ਦੇਖਿਆ ਸੀ ਤਾਂ ਲੋਹੜੀ ਦੇ ਲਾਗੇ ਜਾ ਕੇ ਧੁੱਪ ਵੀ ਨਿਕਲ ਆਉਂਦੀ ਸੀ, ਲੇਕਿਨ ਐਤਕੀ ਸੂਰਜ ਨਜ਼ਰ ਹੀ ਨਹੀਂ ਆਇਆ। ਐਤਕੀ ਸੂਰਜ ਨਜ਼ਰ ਹੀ ਨਹੀਂ ਆਇਆ, ਪਹਿਲਾਂ ਸੋਚਿਆ ਸੀ ਲੋਹੜੀ ਦੇ ਲਾਗੇ ਕਿਤੇ ਧੁੱਪ ਨਾ ਨਿਕਲੇਗੀ, ਅਤੇ ਐਤਕੀ ਸੂਰਜ ਨਿਕਲਣਾ ਤਾਂ ਮਤਲਬ ਵੀ ਕੋਈ ਨਹੀਂ, ਸੂਰਜ ਦਿਖਾਈ ਨਹੀਂ ਦੇ ਰਿਹਾ। ਤਾਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਿ ਕਿਵੇਂ ਬਚਾਅ ਕਰਨ ਠੰਡ ਦੇ ਵਿੱਚੋਂ? ਸਰਦੀ ਬਹੁਤ ਜ਼ਿਆਦਾ ਆ। ਠੰਡ ਦਾ ਬਚਾਅ ਹੋਣਾ ਜੀ, ਆਪਣਾ ਕੱਪੜਾ ਕੁਪੜਾ ਲਾਉਣ ਚੰਗੀ ਤਰ੍ਹਾਂ, ਗਰਮ ਕੱਪੜੇ ਪਾਉਣ, ਅਤੇ ਬਾਕੀ ਆਗੂ ਗੁਲਾਬ ਧੂੰਆਂ ਧਾਂ ਸਿੱਖਣ, ਦੇਖੋ ਟਾਈਮ ਪਾ, ਬਾਕੀ ਤਾਂ ਆਈ ਨਹੀਂ ਕੋਈ ਸਾਧਨ ਹੋਰ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਕਿਹਾ ਜਿਵੇਂ ਕਿ ਕਾਫੀ ਜਿਹੜੀ ਸਰਦੀ ਪੈ ਰਹੀ, ਹੋਰ ਵੀ ਵੀਰ ਸਾਡਾ ਮੌਜੂਦ ਆ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਜੇ ਤੁਹਾਡਾ? ਮੇਰਾ ਨਾਂ ਹਰਦਿਆਲ ਸਿੰਘ। ਹਰਦਿਆਲ ਸਿੰਘ ਜੀ, ਕਿਵੇਂ ਦੇਖਦੇ ਹੋ ਕੜਾਕੇ ਦੀ ਠੰਡ? ਆ ਘਰੋਂ ਨਿਕਲੇ ਸੀ ਤਾਂ ਠੰਡ ਕਿੰਨੀ ਕੁ ਸੀ? ਬਹੁਤ ਜ਼ਿਆਦਾ ਠੰਡ ਜੀ, ਮੈਂ ਮਕੇਰੀਆਂ ਮਿਲ 'ਚ ਜਾਣਾ ਸੀ ਗੰਨਾ ਲੈ ਕੇ, ਬਹੁਤ ਠੰਡ ਹੈ, ਠੰਡ ਨਾਲ ਹੱਥ ਆਕਣ ਡੇ ਸੀ, ਇੱਥੇ ਘੜੀ ਭੈਣੀ ਖਲੋ ਗਏ ਹਾਂ, ਅਤੇ ਫਿਰ ਅੱਗ ਛੇਕ ਕੇ ਅੱਗੋਂ ਫਿਰ ਤੁਰਪੰਗ ਦਰਿਆ ਦੇ ਕੰਢੇ ਕੰਢੇ ਜਾਣਾ ਸੀ। ਹਾਂਜੀ, ਅਤੇ ਕਦੇ ਤੇ ਜਾ ਰਹੇ ਸੀ ਮਕੇਰੀਆਂ ਤੁਸੀਂ? ਮਕੇਰੀਆਂ ਮੋਟਰਸਾਈਕਲ 'ਤੇ ਜਾ ਰਹੇ ਸੀ। ਮੋਟਰਸਾਈਕਲ 'ਤੇ ਤਾਂ ਬਹੁਤ ਮੁਸ਼ਕਲ ਹੋਏਗਾ, ਸਰਦੀ ਬਹੁਤ ਜ਼ਿਆਦਾ, ਬਹੁਤ ਧੁੰਦ ਜ਼ਿਆਦਾ, ਬਹੁਤ ਠੰਡ ਲੱਗਦੀ ਹੈ, ਹੱਥ ਪੂਰੇ ਕੰਗਣ ਡਏ ਆ, ਅਤੇ ਅੱਗ ਵਾਸਤੇ ਬਹਿ ਗਏ 10 ਮਿੰਟ ਸੇਕਣ ਵਾਸਤੇ। ਇੱਥੇ ਲੱਗਦਾ ਕਿ ਠੰਡ ਦੇ ਕਾਰਨ ਘਰੋਂ ਨਿਕਲਣ ਲੱਗਿਆ ਬੰਦਾ 100 ਵਾਰ ਸੋਚਦਾ ਹੋਵੇਗਾ ਕਿ ਜਾਈਏ ਜਾਂ ਨਾ ਜਾਈਏ। ਨਹੀਂ ਜੀ, ਮਜਬੂਰੀ ਕਰਕੇ ਜਾਣਾ ਪੈਂਦਾ, ਉੱਥੇ ਜਿੰਨੀ ਠੰਡ ਹੈ ਕਿੱਥੇ ਜੀ ਕਰਦਾ ਜਾਣ ਨੂੰ ਕਿਤੇ ਵੀ, ਇਹ ਮਜਬੂਰੀ ਕਰਕੇ ਜਾਣਾ ਪੈਂਦਾ ਸਾਨੂੰ। ਹੁਣ ਗੰਨੇ ਦਾ ਕੰਮ ਹੈ, ਇਹ ਵੀ ਸਿਆਲ ਦਾ ਹੁੰਦਾ, ਅਸੀਂ ਇਸ ਕਰਕੇ ਜਾਣਾ ਪੈਂਦਾ। ਪੇਟ ਖੇਤਰ ਹੋਣ ਕਾਰਨ ਧੁੰਦ ਵੀ ਕਾਫੀ ਪੈਂਦੀ ਹੈ, ਤਾਂ ਗੰਨੇ ਦਾ ਸੀਜ਼ਨ ਵੀ ਚੱਲ ਰਿਹਾ, ਕਿਸਾਨਾਂ ਨੂੰ ਵੀ ਦਿੱਕਤਾਂ ਹੁੰਦੀਆਂ ਹੋਣਗੀਆਂ? ਬਹੁਤ ਜ਼ਿਆਦਾ ਜੀ, ਭਈਆਂ ਤੋਂ ਲੈ ਕੇ ਸਵੇਰੇ 4 ਵਜੇ ਭਈਆਂ ਨੂੰ ਚਾਹ ਦੇਣੀ ਹੁੰਦੀ ਹੈ, ਮੁੜ ਕੇ ਲੱਦਣਾ ਹੁੰਦਾ, ਮੁੜ ਕੇ ਮਿਲ 'ਚ ਵੀ ਪਹੁੰਚਾਉਣਾ ਹੁੰਦਾ, ਅਤੇ ਜਾਣਾ ਵੀ ਦਰਿਆ ਦੇ ਕੰਢੇ ਕੰਢੇ ਹੁੰਦਾ ਸੀ ਜ਼ਿਆਦਾਤਰ। ਹਾਂਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਇਹਨਾਂ ਦੱਸਿਆ ਕਿ ਕਾਫੀ ਦਿੱਕਤਾਂ ਜਿਹੜੀਆਂ ਆ ਰਹੀਆਂ ਨੇ ਕਿਸਾਨਾਂ ਨੂੰ ਵੀ, ਤਾਂ ਹੁਣ ਜਿੱਦਾਂ ਮਕੇਰੀਆਂ ਮਿਲ ਦੇ ਵਿੱਚ ਜਾ ਰਹੇ ਨੇ ਮੋਟਰਸਾਈਕਲ ਦੇ ਉੱਤੇ, ਲੇਕਿਨ ਮੋਟਰਸਾਈਕਲ ਦੀ ਜੇ ਗੱਲ ਕਰ ਲਈਏ ਤਾਂ ਮੋਟਰਸਾਈਕਲ 'ਤੇ ਜਾਣਾ ਜਿਹੜਾ ਬਹੁਤ ਹੀ ਮੁਸ਼ਕਲ ਜਿਹੜਾ ਹੋਇਆ ਪਿਆ, ਕਿਉਂਕਿ ਸਰਦੀ ਬਹੁਤ ਜ਼ਿਆਦਾ। ਹੋਰ ਵੀ ਦੁਕਾਨਦਾਰ ਸਾਡੇ ਨਾਲ ਮੌਜੂਦ, ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਹੈ ਤੁਹਾਡਾ? ਰਵਿੰਦਰ ਜੀ। ਰਵਿੰਦਰ ਜੀ, ਕਿਵੇਂ ਦੇਖਦੇ ਹੋ ਕਿ ਠੰਡ ਨੂੰ ਲੈ ਕੇ ਮੁਸ਼ਕਲਾਂ ਜਾਂ ਦਿੱਕਤਾਂ ਆ ਰਹੀਆਂ? ਕਾਫੀ ਮੁਸ਼ਕਲਾਂ ਆ ਰਹੀਆਂ ਠੰਡ ਨੂੰ ਲੈ ਕੇ, ਦਿਨੋਂ ਦਿਨ ਵੱਧ ਰਹੀ ਹੈ ਸਾਡੇ। ਪਹਿਲਾਂ ਕਹਿੰਦੇ ਸੀ ਵੀ ਲੋਹੜੀ ਦੇ ਧੁੱਪਾਂ ਨਿਕਲਦੀਆਂ, ਮਤਲਬ ਧੁੱਪ ਵਗੈਰਾ ਨਿਕਲਦੀ, ਪਰ ਹੁਣ ਕਾਫੀ ਘੱਟ ਹੀ ਨਿਕਲੀ ਹੈ ਧੁੱਪ ਵਗੈਰਾ, ਦੇਖਣ ਨੂੰ ਜਾਇਆ ਵੀ ਬਿਮਾਰ ਵੀ ਕਾਫੀ ਲੋਕ ਹੋ ਰਹੇ ਆ ਠੰਡ ਦੇ ਕਾਰਨ। ਤੁਸੀਂ ਦੇਖਿਆ ਕਿ ਦੁਕਾਨ 'ਤੇ ਗਰਮ ਕੱਪੜੇ ਵੇਚ ਰਹੇ ਹੋ, ਉਹਦੀ ਵੀ ਗ੍ਰਾਹਕੀ ਵਧੀ ਆ, ਲੱਗਦਾ ਕਿ ਲੋਕ ਗਰਮ ਕੱਪੜੇ ਜ਼ਿਆਦਾ ਪਹਿਨਦੇ ਆ? ਹਾਂਜੀ ਹਾਂਜੀ, ਕਾਫੀ ਵਿਕਰੀ ਹੋ ਰਹੀ ਹੈ। ਹਾਂਜੀ ਹਾਂਜੀ, ਅਤੇ ਘਰੋਂ ਜਦੋਂ ਦੁਕਾਨ ਖੋਲ੍ਹਣ ਦੇ ਲਈ ਉੱਠਦੇ ਹੋ ਤਾਂ ਸੋਚਦੇ ਹੋ ਕਈ ਵਾਰੀ ਕਿ ਜਾਂ ਰਹਿ ਨਹੀਂ ਦਿੰਦੇ ਯਾਰ ਠੰਡ ਬਹੁਤ ਆ, ਇੱਦਾਂ ਦਾ ਵੀ ਹੁੰਦਾ? ਹਾਂਜੀ ਇੱਦਾਂ ਵੀ ਹੁੰਦਾ, ਹੁਣ ਵੀ ਕਾਫੀ ਲੇਟ ਦੁਕਾਨ ਖੋਲ੍ਹਣ ਦੇ 10 ਵੱਜ ਗਏ 10-11 ਦਿਨ ਦੇ ਕਰੀਬ ਹੈ ਜੀ, ਅਤੇ ਦਿਲ ਕਰਦਾ ਨਹੀਂ ਦੁਕਾਨ ਖੋਲ੍ਹਣ, ਠੰਡ ਕਾਫੀ ਹੈ ਜੀ। ਹਾਂਜੀ, ਅਤੇ ਕੀ ਕਹਿਣਾ ਚਾਹੋਗੇ ਕਿਵੇਂ ਬਚਾ ਲਈ, ਕਿਹੜੇ ਕਿਹੜੇ ਕੱਪੜੇ ਆ ਪਹਿਨ ਲੈਣ ਲੋਕ? ਵੱਧ ਤੋਂ ਵੱਧ ਗਰਮ ਕੱਪੜੇ ਪਹਿਨ ਤਾਂ ਕਿ ਠੰਡ ਤੋਂ ਬਚਿਆ ਜਾਵੇ, ਅਤੇ ਲੋੜ ਮੁਤਾਬਿਕ ਵੀ ਬਾਜ਼ਾਰ 'ਚ ਨਿਕਲਣ ਲੋਕ ਘਰੋਂ ਜੀ। ਹਾਂਜੀ ਠੀਕ ਹੈ, ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਇਹਨਾਂ ਦੱਸਿਆ ਕਿ ਲੋੜ ਮੁਤਾਬਕ ਘਰੋਂ ਨਿਕਲਣ ਅਤੇ ਵੱਧ ਤੋਂ ਵੱਧ ਗਰਮ ਕੱਪੜੇ ਪਹਿਨਣ ਤਾਂ ਜੋ ਸਰਦੀ ਤੋਂ ਬਚਿਆ ਜਾ ਸਕੇ। ਸਰ ਸਾਡੇ ਨਾਲ ਹੋਰ ਵੀ ਨੇ, ਇਹ ਬੁੱਕ ਸਟੋਰ ਆ, ਤਾਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਵਿੱਕੀ ਠਾਕਰ ਜੀ ਨੇ, ਠਾਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ 'ਤੇ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਦੇਖਿਆ ਗਿਆ ਠਾਕਰ ਸਾਹਿਬ, ਅੱਗੇ ਦੁਕਾਨ ਬੜੀ ਜਲਦੀ ਖੁੱਲ੍ਹ ਜਾਂਦੀ ਸੀ ਤੁਹਾਡੀ, ਅੱਜ ਕਾਫੀ ਲੇਟ ਖੋਲ੍ਹ ਰਹੇ ਹੋ, ਕੀ ਮੁਸ਼ਕਲ ਆ ਰਹੀ ਹੈ? ਠੰਡ ਬਹੁਤ ਜ਼ਿਆਦਾ ਆ, ਅੱਗੇ ਤਾਂ ਸਵੇਰੇ ਅਸੀਂ 7:30-8 ਵਜੇ ਦੁਕਾਨ ਖੋਲ੍ਹਦੀ ਸੀ, ਠੰਡ ਦੇ ਕਾਰਨ ਹੁਣ ਨਹੀਂ ਆਇਆ ਜਾਂਦਾ, ਸਰਦੀ 'ਚ ਨਿਕਲਣਾ ਬੜਾ ਮੁਸ਼ਕਲ ਹੈ, ਬਹੁਤ ਜ਼ਿਆਦਾ ਜ਼ੋਰ ਹੈ ਸਰਦੀ ਦਾ, ਅਤੇ ਹੁਣ 11-12 ਤਿਆਂ ਨੂੰ ਵੱਜ ਜਾਂਦੇ ਆ ਦੁਕਾਨ ਖੋਲ੍ਹਣ 'ਚ। ਘਰੋਂ ਉੱਠਣ ਲੱਗਿਆ ਦਿੱਕਤ ਆਉਂਦੀ ਹੈ ਜਦੋਂ ਰਜਾਈ 'ਚ ਨਿਕਲਣ ਲੱਗਿਆ, ਜੀ ਕਰਦਾ ਕਿ ਰਹਿਣ ਦੀ ਅੱਜ ਕੋਈ ਗੱਲ ਹੀ ਨਹੀਂ? ਨਹੀਂ ਨਹੀਂ, ਨਿਕਲਣ ਨੂੰ ਕਿਹਦਾ ਦਿਲ ਕਰਦਾ ਰਜਾਈ ਵਿੱਚੋਂ ਬਾਹਰ, ਜਿੰਨੀ ਠੰਡ ਹੈ ਠੰਡ ਦੇ ਨਾਲ ਤਾਂ ਵੈਸੇ ਨਹੀਂ ਬਾਹਰ ਨਿਕਲਣ ਨੂੰ ਦਿਲ ਕਰਦਾ, ਬਸ ਹਰ ਵੇਲੇ ਉਹਨਾਂ ਰਜਾਈ ਦੇ ਵਿੱਚ ਹੀ ਰਹੀਏ, ਠੀਕ ਹੈ। ਸਰਦੀ ਬਹੁਤ ਜ਼ਿਆਦਾ ਬਾਹਰ,
ਤੇ ਬਾਕੀ ਠਾਕਰ ਸਾਹਿਬ ਗਾਹਕ ਦਾ ਵੀ ਫਰਕ ਪਿਆ ਕੋਈ ਕਿ ਦੁਕਾਨਦਾਰ ਦੇ ਵਿੱਚ ਕਿ ਗਾਹਕ ਘੱਟ ਆਉਂਦੇ ਹੁਣ ਠੰਡ ਕਰਨ? ਦੇਖੋ ਗਾਹਕ ਦਾ ਤਾਂ ਫਰਕ ਪੈਣਾ ਹੀ ਹੈ, ਗਾਹਕ ਨੇ ਬਾਹਰ ਕਿੱਥੋਂ ਨਿਕਲਣਾ, ਇੰਨੀ ਸਰਦੀ ਵਿੱਚ ਤਾਂ ਬਹੁਤ ਮੁਸ਼ਕਿਲ ਹੈ ਗਾਹਕ ਨੂੰ ਨਿਕਲਣਾ, ਖੁਦ ਹੀ ਬੜੇ ਔਖੇ ਬਾਹਰ ਆਈਦਾ ਛੱਡ ਕੇ ਦੁਕਾਨਾਂ 'ਤੇ ਪਹੁੰਚੀਦਾ, ਅਤੇ ਕਸਟਮਰ ਨੇ ਕਿੱਥੋਂ ਆਉਣਾ? ਦੂਸਰਾ ਸਕੂਲਾਂ ਦਾ ਨਾਲ ਸਾਡਾ ਹੈਗਾ ਆ ਸੰਬੰਧ, ਅਤੇ ਸਕੂਲਾਂ 'ਚ ਪਹਿਲੇ ਛੁੱਟੀਆਂ ਸੀਗੀਆਂ ਅਤੇ ਚਲੋ ਅਸੀਂ ਵੀ ਲੇਟ ਆਈਦਾ ਸੀ, ਅਤੇ ਹੁਣ ਸਕੂਲ ਲੱਗ ਗਏ ਆ ਅਤੇ ਥੋੜ੍ਹੀ ਜਾਣੇ ਪੈਂਦਾ, ਔਖੇ ਤਾਂ ਹੋਈਦਾ ਸੀ ਉਸਰੇ, ਚਲੋ ਆਉਣੇ ਪੈਂਦਾ, ਬਾਕੀ ਬੱਚਿਆਂ ਨੂੰ ਪਰੇਸ਼ਾਨੀ ਹੈ ਇਸ ਟਾਈਮ, ਸਰਦੀ ਬਹੁਤ ਹੈ ਅਤੇ ਸਕੂਲ ਲੱਗ ਗਏ ਆ। ਲੱਗਦਾ ਕਿ ਜਿੰਨੀ ਠੰਡ ਪੈ ਰਹੀ ਹੈ ਮਜਬੂਰੀ ਕਰਨੀ ਲੋਕ ਘਰੋਂ ਨਿਕਲਦੇ ਹੋਣਗੇ, ਉੱਦਾਂ ਤਾਂ ਨਹੀਂ ਨਿਕਲਦਾ ਕੋਈ? ਦੇਖੋ ਜਿਹਨੂੰ ਬਹੁਤ ਜ਼ਿਆਦਾ ਮਜਬੂਰੀ ਹੋਈ ਨਾ ਉਹ ਹੀ ਬਾਜ਼ਾਰ ਵਿੱਚ ਸ਼ੋਪਿੰਗ ਵਾਸਤੇ ਆਉਂਦਾ ਆ, ਬਾਕੀ ਇਸ ਤਰ੍ਹਾਂ ਨਹੀਂ ਕੋਈ ਬਾਜ਼ਾਰ ਵਿੱਚ ਆਉਂਦਾ, ਇਸ ਤਰ੍ਹਾਂ ਦੇ ਮਾਈ ਬਿਸਤਰੇ ਛੁੱਟ ਰਹੇ ਆ ਇਹਨਾਂ ਵਿਚਾਰਿਆਂ ਦੇ। ਟੈਂਪਰੇਚਰ ਬਹੁਤ ਨੀਚੇ ਆ, ਸੂਰਜ ਦੇਖਿਆ ਨੂੰ ਕਿੰਨੇ ਕੁ ਦਿਨ ਹੋ ਗਏ? ਸੂਰਜ ਦਾ ਤਾਂ ਚੇਤਾ ਹੀ ਭੁੱਲ ਗਿਆ ਹੁਣ, ਸੂਰਜ ਕਦੋਂ ਦਾ ਨਿਕਲਿਆ? ਹੁਣ ਤਾਂ ਰੋਜ਼ ਜਿਹਦੇ ਲੋਹੜੀ ਸੀਗੀ ਉਹ ਦਿਨ ਮਾੜੀ ਜਿਹੀ ਧੁੱਪ ਦਾ ਪਰਛਾਵਾਂ ਜਿਹਾ ਪਿਆ ਸੀ ਅਤੇ ਬੜੇ ਖੁਸ਼ ਹੋਏ ਸੀ, ਚਲੋ ਠੀਕ ਲੱਗ ਗਏ ਦਿਨ ਹੁਣ, ਪਰ ਨਹੀਂ ਮੁੜ ਕੇ ਉਹੀ ਹਾਲਾਤ ਹੋ ਗਏ। ਲਾਸਟ ਸਵਾਲ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਿ ਠੰਡ ਤੋਂ ਬਚਾਓ ਦੇ ਲਈ ਕੀ ਕਰਨਾ? ਦੇਖੋ ਮੈਂ ਤਾਂ ਕਹਿੰਦਾ ਠੰਡ ਤੋਂ ਬਚਾਓ ਆਪਣੇ ਆਪ ਨੂੰ ਜਿੰਨਾ ਬਚਾਇਆ ਜਾਂਦਾ, ਬਾਕੀ ਕੋਈ ਨਹੀਂ ਸ਼ੋਪਿੰਗ ਹੁੰਦੀ ਰਹਿੰਦੀ, ਬਾਅਦ 'ਚ ਹੋ ਜਾਏਗੀ, ਮੌਸਮ ਠੀਕ ਹੋ ਜਾਏਗਾ ਫਿਰ ਹੋ ਜਾਏਗੀ, ਜਿਹਨੂੰ ਜ਼ਰੂਰਤ ਹੈ ਉਹ ਹੀ ਬਾਹਰ ਨਿਕਲੇ, ਦੂਸਰਾ ਅਦਰ ਕੋਈ ਨਾ ਬਾਹਰ ਆਵੇ, ਸਰਦੀ ਬਹੁਤ ਜ਼ਿਆਦਾ, ਸਰੀਰ ਨੂੰ ਬਚਾਓ ਆਪਣੇ ਨੂੰ, ਸਰਦੀ ਲੱਗ ਗਈ ਤਾਂ ਮੁਸ਼ਕਿਲ ਹੋ ਜਾਏਗੀ। ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਵੀ ਦੱਸਿਆ ਸਰਦੀ ਤੋਂ ਬਚਾਓ ਜਿਹੜਾ ਕਰਨਾ ਚਾਹੀਦਾ। ਹੋਰ ਵੀ ਦੁਕਾਨਦਾਰ ਨੇ ਇੱਥੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕੀ ਦਿੱਕਤਾਂ ਕੀ ਮੁਸ਼ਕਿਲਾਂ ਜਿਹੜੀਆਂ ਠੰਡ ਦੇ ਕਾਰਨ ਆ, ਕਿਉਂਕਿ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਆ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ। ਹਰਪ੍ਰੀਤ ਜੀ, ਕਿਵੇਂ ਠੰਡ ਕਿੰਨੀ ਕਿਆ ਅਤੇ ਕਿਵੇਂ ਲੱਗਦਾ ਕੋਈ ਗਾਹਕੀ ਦੇ ਵਿੱਚ ਵੀ ਫਰਕ ਪਿਆ? ਗਾਹਕੀ 'ਚ ਬਹੁਤ ਫਰਕ ਪਿਆ ਜੀ, ਠੰਡ ਬਹੁਤ ਜ਼ਿਆਦਾ ਹੈਗੀ ਹੈ, ਕੰਮ ਹੁੰਦਾ ਹੀ ਨਹੀਂ ਇੱਥੇ, ਤਾਂ ਸਾਹਮਣੇ ਗਾਹਕ ਤਾਂ ਆਉਂਦਾ ਹੀ ਨਹੀਂ ਹੈ, ਗਾਹਕ ਦਾ ਬਹੁਤ ਫਰਕ ਪਿਆ ਗਿਆ, ਕਾਫੀ ਠੰਡ ਬਹੁਤ ਜ਼ਿਆਦਾ ਹੈਗੀ ਆ। ਤੁਹਾਡਾ ਮੋਬਾਈਲਾਂ ਦਾ ਕੰਮ ਆ ਤਾਂ ਹੱਥ ਬਹੁਤ ਠਰੇ ਹੁੰਦੇ ਹੋਣਗੇ, ਫੜਨ ਲੱਗਿਆ ਦਿੱਕਤ ਆਉਂਦੀ ਕੋਈ? ਹੱਥ ਤਾਂ ਫਿਰ ਇੱਦਾਂ ਹੀ ਆ, ਹੱਥ ਤਾਂ ਫਿਰ ਠਰਨਾ ਹੀ ਆ, ਤੁਹਾਨੂੰ ਪਤਾ ਕੰਮ ਕੁੰਮ ਤਾਂ ਕਰਨਾ ਪੈਂਦਾ ਵਾ, ਫਿਰ ਕੋਈ ਚੱਕਰ ਨਹੀਂ, ਇੱਦਾਂ ਹੁੰਦਾ ਕਸਟਮਰ ਆਏ, ਕਸਟਮਰ ਅੱਗੇ ਕਿਹੜੀ ਗੱਲ ਹੁੰਦੀ ਆ, ਉਹਦੇ ਹੁਣ ਠੰਡ ਦੇ ਵਿੱਚ ਹਰ ਕੋਈ ਮਜਬੂਰੀ ਆ, ਕਿਸੇ ਦਾ ਫੋਨ ਬੰਦ ਹੋਇਆ ਪਿਆ ਵਾ ਜਾਂ ਕੁਝ ਵੀ ਆ, ਉਹਨੂੰ ਕੁਝ ਨਾ ਕੁਝ ਤਾਂ ਕਰਨਾ ਪੈਂਦਾ ਵਾ, ਵੀ ਚਲੋ ਮਜਬੂਰੀ ਹੁੰਦੀ, ਫੋਨ ਬਹੁਤ ਜ਼ਰੂਰੀ ਹੋ ਗਿਆ ਅੱਜ ਕੱਲ੍ਹ, ਕੰਟੈਕਟ ਹੁੰਦਾ ਰਹੇ ਸਿਰ 'ਤੇ ਕਿਸੇ ਦਾ ਵੀ, ਹੈ ਨਾ, ਕੰਟੈਕਟ ਕਰਨਾ ਔਖਾ ਹੋ ਜਾਂਦਾ ਵਾ, ਇਸ ਲਈ ਕੋਈ ਨਾ ਕੋਈ ਜਿੰਨੇ ਠੰਡ 'ਚ ਉਹਨਾਂ ਨੇ ਮਜਬੂਰੀ 'ਚ ਆਉਣਾ ਵਾ, ਐਜ ਇਨ ਸਿੱਧਾ ਨਹੀਂ ਕੋਈ ਹੁੰਦਾ। ਸਾਰੇ ਕਹਿੰਦੇ ਗਾਹਕਾਂ ਦਾ ਫਰਕ ਪੈ ਗਿਆ, ਤੁਸੀਂ ਕਹਿੰਦੇ ਫੋਨ ਮਜਬੂਰੀ ਹੋ ਗਈ, ਲੱਗਦਾ ਕਿ ਫੋਨ ਵਾਲੇ ਗਾਹਕ ਤਾਂ ਧੜਾ ਧੜੀ ਆ ਰਹੇ ਆ। ਨਹੀਂ ਨਹੀਂ ਇੱਦਾਂ ਦਾ ਨਹੀਂ ਕੋਈ ਹੈਗਾ, ਜਿਹਦੀ ਮਜਬੂਰੀ ਆ ਟੁੱਟੇ ਫੋਨ ਹੁੰਦੇ, ਜਦੋਂ ਮਜਬੂਰੀ ਹੁੰਦੀ ਕਿਸੇ ਦੀ, ਕੋਈ ਇੱਦਾਂ ਨਹੀਂ ਹੁੰਦਾ ਹੈਗਾ, ਠੰਡ 'ਚ ਬਹੁਤ ਫਰਕ ਪੈ ਜਾਂਦਾ ਕਸਟਮਰ ਦਾ, ਨਹੀਂ ਤਾਂ ਸਾਡਾ ਕੰਮ ਤਾਂ ਕਦੀ ਇੱਦਾਂ ਸਲੋਪ ਹੁੰਦਾ ਹੀ ਨਹੀਂ ਹੈਗਾ, ਠੰਡ ਕਰਕੇ ਬਹੁਤ ਜ਼ਿਆਦਾ ਫਰਕ ਪੈ ਗਿਆ ਕੰਮ ਦੇ ਵਿੱਚ। ਹਾਂ, ਕੀ ਕਹਿਣਾ ਚਾਹੋਗੇ ਬਚਾਓ ਦੇ ਲਈ ਕੀ ਕਰਨਾ ਚਾਹੀਦਾ? ਬਚਾਓ ਲਈ ਅਸੀਂ ਤਾਂ ਇਹੋ ਕਹਿੰਦੇ ਹਾਂ ਵੀ ਮਤਲਬ ਜ਼ਰੂਰਤਮੰਦ ਬੰਦਾ ਹੀ ਬਾਜ਼ਾਰ ਆਵੇ, ਕੀ ਲੋੜ ਠੰਡ 'ਚ ਫਿਰਨ ਦੀ, ਐਵੇਂ ਨਜਾਇਜ਼, ਜਿਹਨੂੰ ਲੋੜ ਆ ਉਹਨੇ ਤਾਂ ਆਉਣਾ ਹੀ ਆਉਣਾ ਹੈਗਾ, ਠੀਕਾ, ਅਤੇ ਬਸ ਇਹੋ ਕੁਝ ਕਹਿਣਾ ਚਾਹੁੰਦੇ, ਹੋਰ ਕੁਛ ਨਹੀਂ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਦੁਕਾਨਦਾਰ ਵੀਰ ਮੌਜੂਦ ਆ, ਇਹ ਵੀ ਅੱਗ ਸੇਕ ਰਹੇ ਨੇ ਕਿਉਂਕਿ ਸੇਕ ਦਾ ਨਜ਼ਾਰਾ ਸਾਰੇ ਲੈ ਰਹੇ ਨੇ। ਵੀਰ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਕਾਈ ਨਿਊਜ਼ 'ਤੇ। ਧੰਨਵਾਦ ਸਰ। ਦੇਖਿਆ ਕਿ ਦੁਕਾਨ ਖੋਲ੍ਹ ਕੇ ਤੁਸੀਂ ਵੀ ਅੱਗ ਸੇਕ ਰਹੇ ਹੋ, ਅਤੇ ਲੱਗਦਾ ਕੋਈ ਮੁਸ਼ਕਿਲ ਜਾਂ ਦਿੱਕਤ ਆ ਰਹੀ? ਭਾਅ ਜੀ ਬਹੁਤ ਮੁਸ਼ਕਿਲ ਆ, ਸਵੇਰੇ 11 ਵਜੇ ਤੱਕ ਜਾਈਆਂ 'ਚੋਂ ਨਿਕਲੀ ਦਾ ਵਾ, ਕੰਮ ਦਾ ਬਹੁਤ ਮੰਦੇ ਆ, ਬਸ ਅੱਗ ਸੇਕਦੇ ਰਹੀ ਦਾ, ਸਾਰਾ ਸਾਰਾ ਦਿਨ ਵਿਹਲੇ ਇੱਦਾਂ ਹੀ ਲੰਘ ਜਾਂਦੇ ਆ, ਧੁੱਪ ਦਾ ਕੋਈ ਹੈ ਨਹੀਂ ਆ ਵੀ ਧੁੱਪ ਨਿਕਲੇਗੀ। ਸਵੇਰੇ ਨਿਕਲ ਲੱਗਿਆ ਸੋਚਦੇ ਹੋਣੇ ਛੱਡੋ ਯਾਰ ਕੀ ਨਿਕਲਣਾ, ਰਜਾਈ ਦੇ ਵਿੱਚ ਹੀ ਠੀਕ ਆ? ਹਾਂਜੀ ਹਾਂਜੀ ਭਾਅ ਜੀ, ਇੱਦਾਂ ਹੀ ਆ, ਸਾਰਾ ਦਿਨ ਅੱਗ ਅੱਗੇ ਹੀ ਨਿਕਲ ਜਾਂਦਾ ਸਾਰਾ ਦਿਨ ਸਾਡਾ। ਗ੍ਰਾਹਕਾਂ ਦਾ ਵੀ ਫਰਕ ਪਿਆ ਆ? ਬਹੁਤ ਜ਼ਿਆਦਾ ਭਾਅ ਜੀ, ਕੰਮ ਦਾ ਤਾਂ ਬਹੁਤ ਮੰਦਾ ਹਾਲ ਆ, ਪੂਰੀ ਮਾਰਕੀਟ ਠੰਡ ਕਰਕੇ ਤਾਂ ਘਰੋਂ ਬਾਹਰ ਹੀ ਨਹੀਂ ਨਿਕਲਦੇ। ਇਹ ਸਾਰੇ ਫਿਰ ਦੁਕਾਨਦਾਰ ਇਕੱਠੇ ਹੋ ਗਏ ਅੱਗ ਹੀ ਸੇਕਦੇ ਫਿਰ? ਸਾਰੇ ਸਾਰੇ ਭਾਅ ਜੀ, ਸਾਰੇ ਰੌਣਕ ਮੇਲਾ ਵਾ, ਅੱਗ ਹੀ ਹੁਣ ਸਾਰਾ, ਹੋਰ ਤਾਂ ਕੁਛ ਹੈ ਨਹੀਂ, ਇੰਨੀ ਠੰਡ ਪੈ ਰਹੀ ਆ ਜੀ। ਹਾਂਜੀ, ਤੁਹਾਡਾ ਕਿਹਦਾ ਕੰਮ ਆ? ਸਰ ਸਾਡਾ ਸਲੂਨ ਆ ਪਿੱਛੇ, ਬੀਬਰਤ ਸਲੂਨ ਪੈਣ ਮੀਆਂ ਖਾਂ ਦੇ ਵਿੱਚ। ਲੱਗਦਾ ਕਿ ਹੱਥ ਠਰਦੇ ਹੋਣਗੇ ਸਲੂਨ ਤੇ ਵੀ ਕੰਮ ਕਰਨ ਲੱਗਿਆ? ਭਾਅ ਜੀ ਬਹੁਤ ਦਿੱਕਤ ਆ ਰਹੀ ਹੈ ਭਾਅ ਜੀ, ਠੰਡ ਕਰਕੇ ਤਾਂ ਬਹੁਤ, ਇਸ ਵਾਰ ਤਾਂ ਬਹੁਤ ਠੰਡ ਨੇ ਤਾਂ ਨੇਰ ਲਿਆਤੀ ਆ ਜੀ। ਹਾਂਜੀ, ਤਾਂ ਕੀ ਕਹਿਣਾ ਚਾਹੋਗੇ ਬਚਾਓ ਲਈ ਕੀ ਕਰਨ ਲੋਕ? ਬਚਾਓ ਲਈ ਹੁਣ ਰੱਬ ਹੀ ਆ ਭਾਅ ਜੀ, ਰੱਬ ਹੀ ਸੂਰਜ ਚੜਾਵੇ ਤੇ। ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਇਹਨਾਂ ਦੱਸਿਆ ਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਆ, ਤਾਂ ਗ੍ਰਾਹਕਾਂ ਦਾ ਵੀ ਕਾਫੀ ਫਰਕ ਪਿਆ, ਘਰੋਂ ਨਿਕਲਣ ਨੂੰ ਮਨ ਨਹੀਂ ਕਰਦਾ ਕਿਉਂਕਿ ਠੰਡ ਬਹੁਤ ਜ਼ਿਆਦਾ,
ਤਾਂ ਠੰਡ ਦੇ ਕਾਰਨ ਜਿਹੜਾ ਲੋਕਾਂ ਨੂੰ ਕਾਫੀ ਦਿੱਕਤਾਂ ਤੇ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ। ਇੱਥੇ ਜੇ ਗੱਲਬਾਤ ਕੀਤੀ ਬਾਜ਼ਾਰ ਦੇ ਵਿੱਚ ਦੁਕਾਨਦਾਰ ਵੀ ਕਾਫੀ ਮੁਸ਼ਕਲਾਂ ਤੇ ਦਿੱਕਤਾਂ ਦਾ ਸਾਹਮਣਾ ਕਰ ਲਿਆ। ਜਿਹੜੇ ਰਾਹਗੀਰ ਗੁਜ਼ਰ ਰਹੇ ਨੇ ਉਹਨਾਂ ਨੂੰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ। ਲੋਕ ਅੱਗ ਸੇਕਣ ਦੇ ਲਈ ਲੱਗੇ ਹੋਏ ਨੇ ਕਿਉਂਕਿ ਅੱਗ ਜਿਹੜੀ ਸੇਕੀ ਜਾ ਰਹੀ ਹੈ ਲਗਾਤਾਰ। ਤਾਂ ਗੱਲਬਾਤ ਜਿਹੜੀ ਕੀਤੀ ਹੈ ਕੜਾਕੇ ਦੀ ਠੰਡ, ਤਾਪਮਾਨ ਵੀ ਕਾਫੀ ਨੀਚੇ ਆ, ਤਾਂ ਬੇੜ ਖੇਤਰ ਹੋਣ ਕਾਰਨ ਧੁੰਦ ਵੀ ਬਹੁਤ ਜ਼ਿਆਦਾ ਪੈ ਰਹੀ ਹੈ, ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਲੋਕਾਂ ਨੂੰ। ਅਗਲੇ ਲਈ ਇੰਨਾ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸਹਿਯੋਗੀ ਕਮਲ ਜੀ ਦੇ ਨਾਲ। ਮੈਂ ਜਤਿੰਦਰ ਸੋਢੀ, ਸਕਾਈ ਨਿਊਜ਼ ਪੰਜਾਬ, ਗੁਰਦਾਸਪੁਰ। ਤਾਂ ਮੌਸਮ ਦੇ ਨਾਲ ਜੁੜੀ ਹਰ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਸਾਡੇ ਚੈਨਲ ਸਕਾਈ ਨਿਊਜ਼ ਪੰਜਾਬ ਦੇ ਨਾਲ।